श्रीकाल जी, पंजाब फोकस टीवी ते तुहाडा दर्शकां दा बहुत बहुत स्वागत है। अज असीं जलंधर तो नूर महल पहुंचे हाँ। अज इत्थे कोरोना वायरस नूं देखदे होए जिहड़े माउंटेन राइडर्स ने इन्हां ने एक नवी मुहिम चलाई है, जिवें जिम बंद ने तां इन्हां ने एक साइकलिंग दे जरिए जिहड़ी एक्सरसाइज है उहदे लई बंदिआं नूं जागरूक करन लई अज डेरा बाबा मुराद शाह ते उहनां दा आशीर्वाद लैण लई पहुंचे ने। अज साडे नाल माउंटेन राइडर्स दे जिहड़े प्रधान जी ने दीपक जी, अज उहनां नाल गल्लबात करदे हां। दीपक जी, बहुत बहुत स्वागत है तुहाडा सब तों पहले पंजाब फोकस टीवी ते। थैंक यू जी। पहला तो सारे सत श्रीकाल, क्या साई जी, असं नूर महल तो चल के नकोदर आए हाँ बाबा जी का आशीर्वाद लैन। अभी दस दिन दस जन तो ग्रुप शुरू किया, अज ग्रुप साढ़ा 50 to 60 लोग हो चुके हैं। तो जिदा सारे पता ही है, जिम सारे बंद हो चुके हैं, कोई एक्टिविटी है नहीं, इस करके जिन्हें साढ़े यंग ब्लड है उन्होंने सैकल चला फैसला लिया। इस करके अभी रोज घट्टो घट्ट 25 to 30 किलोमीटर सैकल डेली चलाने, अपने आप को फिट रखने। तो जिहड़ा इहदे विच तुहानू सरकार वालों भी कोई सहयोग मिल रहा है कि नहीं मिल रहा, या कोई होर सोसाइटी तुहाडे नाल सहयोग कर रही है नहीं कर रही, इहदे बारे भी साडे दर्शकां नूं दस्सो। फिलहाल सानू कोई जरूरत नहीं हैगी, सारे अपने आप दे विच इन्ने हैगे कि अपने आप नूं देख सकदे। कोई सोसाइटी वालों सानू कोई सहयोग नहीं है, कोई सरकार वालों सानू कोई सहयोग नहीं है। ते जे किसी तुहाडे नाल जुड़ना होवे तुहाडी सोसाइटी दे नाल, ते ओह किद्दां तुहाडे नाल कॉन्टैक्ट करे, किद्दां जुड़ सकदा है, ते इहदी कोई फीस है, चार्जिज है, साइकल दा तुहानू किद्दां हैगा? जिहड़ी मैं देख रहा तुसीं टीशर्टां पाईआं होईआं ने, तां इहदा दिमाग विच ख्याल कित्थों आया? इह जिहड़ा मुहिम चलाई आ इह असीं अपने आप नूं फिट रखण लई चलाई आ, ते जिहड़ा भी इस मुहिम दे नाल जुड़दा ओह फ्री ऑफ कॉस्ट आ। ਅਤੇ ਅਸੀਂ ਨਾਲ ਨਾਲ ਆਪਣੀ ਸਾਈਕਲਿੰਗ ਦੇ ਐਕਸਰਸਾਈਜ਼ ਦੇ ਨਾਲ ਨਾਲ ਲੋਕਾਂ ਨੂੰ ਵੀ ਗਾਈਡ ਕਰਦੇ ਹਾਂ, ਅਤੇ ਨਾਲ ਆਪਣੇ ਚੱਲਣ ਦੇ ਲਈ ਉਹਨਾਂ ਨੂੰ ਜਿਹੜਾ ਹੈ ਵੀ ਹੁੰਗਾਰਾ ਭਰਦੇ ਹਾਂ ਉਹਨਾਂ ਨੂੰ ਵੀ ਸਾਡੇ ਨਾਲ ਚੱਲੋ, ਕਿਉਂਕਿ ਅੱਜ ਕੱਲ੍ਹ ਜਿੰਮ ਬੰਦ ਆ ਅਤੇ ਐਕਸਰਸਾਈਜ਼ ਦਾ ਕੋਈ ਸਾਧਨ ਨਹੀਂ ਹੈਗਾ। ਅਤੇ ਅਸੀਂ ਜਿਹੜਾ ਨਵੀਂ ਆ ਜਿਹੜੀ ਸਾਈਕਲਿੰਗ ਦੀ ਮੁਹਿੰਮ ਚਲਾਈ ਆ, ਇਹ ਆਪਣੇ ਆਪ ਨੂੰ ਪੂਰਾ ਫਿੱਟ ਰੱਖਣ ਲਈ, ਅਤੇ ਉਹ ਕਰਕੇ ਅਤੇ ਇਹ ਸਾਰਾ ਕੀਤਾ ਹੈ ਇਹਦਾ। ਅਤੇ ਅਸੀਂ ਅਗਾਂਹ ਵੀ ਇਹ ਕਰਦੇ ਰਹਾਂਗੇ ਅਤੇ ਲੋਕਾਂ ਨੂੰ ਨਾਲ ਜੋੜਦੇ ਰਹਾਂਗੇ, ਨਾਲ ਪਿੰਡਾਂ ਦੇ ਵਿੱਚ ਵੀ ਅਸੀਂ ਜਾ ਕੇ ਜਿਹੜੇ ਇਸ ਚੀਜ਼ਾਂ ਬਾਰੇ ਦੱਸਦੇ ਹਾਂ ਅਤੇ ਲੋਕ ਸਾਨੂੰ ਪੁੱਛਦੇ ਆ, ਅਤੇ ਉਹ ਆਪਣੇ ਆਪ ਨੂੰ ਵੀ ਉਹ ਥੋੜ੍ਹਾ ਜਿਹਾ ਫੀਲ ਕਰਦੇ ਆ ਵੀ ਅਸੀਂ ਵੀ ਇਹਨਾਂ ਨੂੰ ਕਰੀਏ। ਅਤੇ ਜਿਹੜੇ ਬਾਕੀ ਜਿਹੜੇ ਅੱਜ ਟੀ ਸ਼ਰਟਾਂ ਦੇ ਉੱਤੇ ਅਸੀਂ ਆ ਜਿਹੜੇ ਮਾਊਂਟੇਨ ਰਾਈਡਰ ਦੇ ਕੀਤੇ ਹੈਗੇ ਆ, ਇਹ ਚੀਜ਼ ਜਿਹੜੀ ਹੈਗੀ ਆ ਵੀ ਇਹ ਸਾਡਾ ਇੱਕ ਲੋਗੋ ਆ ਵੀ ਜਿਹੜਾ ਅੱਗੇ ਅੱਗੇ ਗਾਂਹ ਗਾਂਹ ਵੱਧਦਾ ਜਾ ਰਿਹਾ ਹੌਲੀ ਹੌਲੀ। ਅਤੇ ਸਾਡੇ ਪ੍ਰਧਾਨ ਜੀ ਆ ਸਾਡਾ ਬਹੁਤ ਸਹਿਯੋਗ ਦੇ ਰਹੇ ਆ, ਅਤੇ ਅੱਜ ਤੁਹਾਡਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਇਹ ਜਿਹੜਾ ਸਾਡਾ ਸੁਨੇਹਾ ਜਿਹੜਾ ਲੋਕਾਂ ਤੱਕ ਪਹੁੰਚਾਉਣ ਲਈ ਸਾਡੇ ਵਿੱਚ ਪਹੁੰਚੇ ਆ, ਥੈਂਕ ਯੂ। ਮੇਰਾ ਜਿਹੜਾ ਕੁਐਸਚਨ ਆ ਉਹ ਵਿੱਚ ਰਹਿੰਦਾ ਆ ਵੀ ਇਹਦੇ ਤੁਹਾਡੇ ਨਾਲ ਜਿਹੜੇ ਕਿਸੇ ਨੇ ਜੁੜਨਾ ਹੋਵੇ ਉਹ ਕਿਵੇਂ ਤੁਹਾਡੇ ਨਾਲ ਜੁੜ ਸਕਦਾ ਆ? ਟੀ ਸ਼ਰਟਾਂ ਦੇਖੋ ਜੀ, ਉਹ ਅਸੀਂ ਆਪਣੇ ਗਰੁੱਪ ਵੱਲੋਂ ਉਹਨਾਂ ਨੂੰ ਦੇਵਾਂਗੇ, ਅਤੇ ਬਾਕੀ ਜਿਹੜਾ ਹੈਗਾ ਸਾਈਕਲ ਆ ਉਹਦਾ ਆਪਣਾ ਹੋਏਗਾ। ਅਤੇ ਜਿੱਦਾਂ ਵੀ ਜਿੱਧਰ ਨੂੰ ਰੂਟ ਹੁੰਦਾ ਉਹ ਸਾਡੇ ਪ੍ਰਧਾਨ ਜੀ ਤੈਅ ਕਰਦੇ ਆ ਵੀ ਕਿੱਧਰ ਨੂੰ ਜਾਣਾ ਹੁੰਦਾ ਆ। ਅੱਜ ਜਿੱਦਾਂ ਅਸੀਂ ਇਸ ਧਾਰਮਿਕ ਸਥਾਨ 'ਤੇ ਆਏ ਹਾਂ ਅਤੇ ਬਹੁਤ ਵਧੀਆ ਲੱਗਾ ਸਾਨੂੰ ਸਾਰਿਆਂ ਨੂੰ ਆ ਕੇ। ਅਤੇ ਇੱਕ ਹੋਰ ਚੀਜ਼ ਆ ਇਹਦੇ ਨਾਲ ਸਾਡਾ ਜਿਹੜਾ ਹੈਗਾ ਆ ਵੀ ਜਿਹੜਾ ਪੱਖਪਾਤ ਦੂਰ ਹੁੰਦਾ ਆ ਇੱਕ ਦੂਜੇ ਦੇ ਨਾਲ ਗੱਲਬਾਤ ਕਰਕੇ, ਅਤੇ ਬਸ ਜੀ ਥੈਂਕ ਯੂ। ਅਤੇ ਅੱਗੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਵੀ ਜਿਵੇਂ ਹੁਣ ਤੁਸੀਂ ਡੇਲੀ ਦਾ ਕਿੰਨੇ ਕੁ ਸਾਈਕਲ ਚਲਾਉਂਦੇ ਹੋ, ਕਿੰਨੇ ਕੁ ਕਿਲੋਮੀਟਰ ਦੀ ਸਾਈਕਲ 'ਤੇ ਰਾਈਡ ਕਰਦੇ ਹੋ? ਸਰ ਜਿੱਦਾਂ ਸਾਡੀ ਜਿਹੜੀ ਮਾਊਂਟਨ ਰਾਈਡਰ ਵਾਲੀ ਟੀਮ ਆ, ਜਦੋਂ ਸਟਾਰਟਿੰਗ ਕੀਤੀ ਸੀ ਅਸੀਂ 5 to 7 ਕਿਲੋਮੀਟਰ ਦੀ ਰਾਈਡ ਸਟਾਰਟ ਕੀਤੀ, ਹੁਣ ਜਿੱਦਾਂ ਜਿੱਦਾਂ ਸਾਡਾ ਗਰੁੱਪ ਵੱਧਦਾ ਜਾ ਰਿਹਾ ਵਾ ਤਾਂ ਆਪਾਂ ਡੇਲੀ 25 to 30 ਕਿਲੋਮੀਟਰ ਦੇ ਰੇਂਜ 'ਚ ਹੋ ਗਿਆ। ਜਿੱਦਾਂ ਪਿਛਲੇ ਸੰਡੇ ਅਸੀਂ ਗਏ ਸੀ ਹਵੇਲੀ, ਲਗਭਗ ਆਪਾਂ ਨੂੰ 55 to 56 ਕਿਲੋਮੀਟਰ ਕਵਰ ਪੈਂਦਾ ਵਾ, ਔਰ ਜਿੰਨੇ ਵੀ ਰਾਈਡਰਸ ਦੇਖ ਰਹੇ ਹਾਂ ਸਾਰੇ ਕੋਈ ਕਈ 1-2 ਦਿਨ ਵਾਲੇ ਵੀ ਸੀ ਉਹਨਾਂ ਨੇ ਵੀ ਕਵਰ ਕੀਤਾ, ਔਰ ਜਿੰਨਾ ਵੀ ਯੂਥ ਆ ਸਾਰੇ ਦੇਖ ਰਿਹਾ ਕਿ ਹੌਲੀ ਹੌਲੀ ਜਦੋਂ ਸਟਾਰਟ ਹੋ ਰਿਹਾ 10 ਮੈਂਬਰਾਂ ਤੋਂ ਲੈ ਕੇ ਅੱਜ 46 ਦੇ ਲਾਗੇ ਮੈਂਬਰ ਪਹੁੰਚ ਚੁੱਕੇ ਆ, ਕੁਛ ਮੈਂਬਰ ਅੱਜ ਹੋਲੀਡੇ 'ਤੇ ਆ ਕਿਉਂਕਿ ਕਈਆਂ ਨੇ ਸਾਈਕਲ ਮੰਗੇ ਲੈਣੇ ਤਾਂ ਕਰਕੇ। ਸੋ ਇਸ ਲਈ ਜਿੰਨੇ ਵੀ ਮੈਂਬਰ ਆ ਦਿਨੋਂ ਦਿਨ ਵੱਧਦੇ ਆ ਰਹੇ ਆ, ਜਿਹੜੀ ਰਾਈਡ ਆ ਸਾਡੀ ਕੰਟੀਨਿਊ ਸਟਾਰਟ ਆ, ਕੋਈ ਵੀ ਮਿਸ ਨਹੀਂ ਕਰ ਰਿਹਾ, ਔਰ ਮਾਰਨਿੰਗ ਜਿਹੜਾ 5 ਵਜੇ ਟਾਈਮ ਆ ਸਾਡਾ ਸ਼ਾਰਪ ਨਿਕਲ ਜਾਂਦੇ ਆ, ਅਤੇ ਰਾਈਟ ਟਾਈਮ 7 o'clock ਅਸੀਂ ਵਾਪਸ ਆ ਜਾਂਦੇ ਹਾਂ ਕਿਉਂਕਿ ਮੋਸਟਲੀ ਸ਼ੋਪਕੀਪਰ ਆ ਕੋਈ ਆਪਣੇ ਸ਼ੋਪ 'ਤੇ ਜਾਣਾ ਹੁੰਦਾ ਕੋਈ ਬਿਜ਼ਨਸਮੈਨ ਆ, ਸਾਰੇ ਆਪਣੇ ਸ਼ੋਪਕੀਪਰ 7 o'clock ਆ ਕੇ ਅਤੇ 8 o'clock ਆਪਣੀ ਸ਼ੋਪ 'ਤੇ ਚੱਲ ਜਾਂਦੇ ਆ। ਇਸ ਨਾਲ ਸਾਡੀ ਮੈਂਟਲੀ ਜਿਹੜੀ ਪ੍ਰਪਰੇਸ਼ਨ ਆ ਉਹ ਵੀ ਸਟਰੋਂਗ ਆ, ਪਲੱਸ ਅਸੀਂ ਹੈਲਥੀ ਵੀ ਬਹੁਤ ਜ਼ਿਆਦਾ ਫਿੱਟ ਆ ਰਹੇ। ਅਤੇ ਲਾਸਟ ਵਿੱਚ ਮੇਰਾ ਇਹੀ ਕੁਐਸਚਨ ਆ ਵੀ ਜੀ ਸਾਡੇ ਪੰਜਾਬ ਫੋਕਸ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ, ਅਤੇ ਤੁਹਾਡੇ ਨਾਲ ਜਿਹੜੇ ਜੁੜਨ ਇਹਦੀ ਵੀ ਅਸੀਂ ਕਾਮਨਾ ਕਰਦੇ ਹਾਂ,
ਤੇ ਇਹਦੇ ਬਾਰੇ ਤੁਸੀਂ ਹੁਣ ਕੀ ਕਹਿਣਾ ਚਾਹੋਗੇ? ਸਭ ਤੋਂ ਅਖੀਰਲਾ ਕੁਸ਼ਚਨ ਆ, ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਫੋਕਸ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਕਿ ਜਿਹੜਾ ਸਾਡਾ ਇੰਨਾ ਮੈਸੇਜ ਆ ਪੂਰੇ ਆਲ ਓਵਰ ਜਿਹੜਾ ਪੰਜਾਬ ਦੇ ਅੰਦਰ ਲਗਾ ਰਹੇ ਹਾਂ, ਕਿ ਬਹੁਤ ਹੀ ਮਿਹਰਬਾਨੀ ਆ ਕਿ ਜਿਹੜਾ ਇਹ ਮੈਸੇਜ ਆ ਕੰਟੀਨਿਊ ਰਹੂੰਗਾ। ਮਾਊਂਟੋ ਰੈੱਡ ਨੂਰ ਮਹਿਲ ਜਿਹੜੀ ਟੀਮ ਆ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਕਦੀ ਵੀ ਆਉਣ ਮੋਸਟ ਵੈਲਕਮ ਆ। ਪਲੱਸ ਜਿਹੜੀ ਵੀ ਇਹ ਟੀਮ ਆ, ਟੀਮ ਵਰਕ ਅੱਗੇ ਕੰਟੀਨਿਊ ਰਹੂੰਗਾ। ਸਾਡਾ ਅਗਲਾ ਰਾਈਡ ਸ਼ਾਇਦ ਮੇ ਬੀ ਜਲੰਧਰ ਜਾਂ ਲੁਧਿਆਣੇ ਵੱਲ ਹੈਗਾ ਵਾ। ਅਸੀਂ ਜਿਹੜਾ ਇਹ ਰਾਈਡ ਤਾਂ ਕਰਦੇ ਹਾਂ ਕਿ ਰਾਸਤੇ 'ਚ ਜਿੰਨੇ ਵੀ ਵਿਲੇਜਸ ਆਉਂਦੇ ਆ ਉਹਨਾਂ ਦੇ ਵਿੱਚ ਵੀ ਜਿਹੜੇ ਨੌਜਵਾਨ ਬੈਠੇ ਆ ਜਿਹੜੇ ਨਸ਼ੇ ਦੀ ਦਲਦਲ 'ਚ ਫਸੇ ਆ, ਉਹਨਾਂ ਨੂੰ ਕੱਢਿਆ ਜਾਵੇ। ਪਲੱਸ ਉਹਨਾਂ ਨੂੰ ਜਿਹੜੇ ਸਾਡੇ ਨਾਲ ਲੱਗ ਕੇ ਉਹ ਮੈਂਟਲੀ ਤੌਰ 'ਤੇ ਪ੍ਰਪੇਸ਼ਨ ਹੋਣ। ਪਲੱਸ ਜਿਹੜਾ ਵੀ ਯੂਥ ਅੱਜ ਦੇ ਦਿਨ 'ਚ ਉਹ ਕਿਉਂਕਿ ਘਰ ਬੈਠਾ ਵਾ, ਮੋਬਾਈਲਾਂ 'ਤੇ ਲੱਗਾ ਹੋਇਆ ਵਾ, ਅਸੀਂ ਉਹਨਾਂ ਨੂੰ ਵੀ ਇਹ ਸਮਝਾਈਦਾ, ਮੈਸੇਜ ਦੇਈਦਾ ਕਿ ਮੋਬਾਈਲਾਂ ਨੂੰ ਛੱਡ ਕੇ ਆਪਣੀ ਮੈਂਟਲੀ ਹੈਲਥ ਨੂੰ ਫਿੱਟ ਕਰਨ, ਤਾਂ ਜੋ ਆਪਾਂ ਆਉਣ ਵਾਲੇ ਪੰਜਾਬ ਨੂੰ ਇੱਕ ਵਧੀਆ ਸਟਰੋਂਗ ਕਰ ਸਕਣ। ਇਸ ਵਿੱਚ ਸਾਡੇ ਪੰਜਾਬ ਫੋਕਸ ਦੇ ਦਰਸ਼ਕਾਂ ਨੂੰ ਸਾਰਿਆਂ ਨਾਲ ਇੱਕ ਮੈਸੇਜ ਆ ਕਿ ਆਓ ਸਾਡੇ ਨਾਲ ਜੁੜੀਏ, ਆਪਾਂ ਇੱਕ ਪੰਜਾਬ ਨੂੰ ਵਧੀਆ ਸਿਹਤ ਦਈਏ। ਔਰ ਸਾਰੇ ਤਹਿ ਦਿਲੋਂ ਪੰਜਾਬ ਫੋਕਸ ਦਾ ਧੰਨਵਾਦ ਕਰਦੇ ਹਾਂ ਮਾਊਂਟੋ ਰਾਈਡਰ ਨੂਰਮਹਿਲ ਵੱਲੋਂ। ਧੰਨਵਾਦ ਜੀ। ਇਹ ਸਨ ਮਾਊਂਟੇਨ ਰਾਈਡਰਸ ਦੇ ਮੈਂਬਰ ਤੇ ਜਿਨ੍ਹਾਂ ਨੇ ਹੁਣ ਸਾਨੂੰ ਦੱਸਿਆ ਹੈ ਕਿ ਇਹ ਜਿਹੜਾ ਹੈ ਤੇ 5 ਕਿਲੋਮੀਟਰ ਤੋਂ ਸ਼ੁਰੂ ਕੀਤਾ ਸੀਗਾ ਤੇ ਇਹ ਜਿਹੜਾ ਹੁਣ 55 ਤੋਂ 56 ਕਿਲੋਮੀਟਰ ਦੇ ਰੇਂਜ ਤੱਕ ਆਪਣੀ ਸਾਈਕਲਿੰਗ ਕਰਦੇ ਨੇ ਤੇ ਅੱਗੇ ਵੀ ਕਰਦੇ ਰਹਿਣਗੇ। ਆਉਣ ਵਾਲੇ ਸਮੇਂ 'ਚ ਅਸੀਂ ਇਹਨਾਂ ਦੀ ਸ਼ੁਭਕਾਮਨਾਵਾਂ ਕਰਦੇ ਹਾਂ। ਬਿਊਰੋ ਚੀਫ ਯਤਿਨ ਦੇ ਨਾਲ ਮਨਪ੍ਰੀਤ ਲਵੀ ਦੀ ਖਾਸ ਰਿਪੋਰਟ, ਨਕੋਦਰ।